उम्मीद करने सारे भैन भ्रा ठीक ठाक होसो, अल्लाह ताला ने इज्जत ईमान च होसो, खुशबाश होसो। आज रात फिर जिस तरह तुसें पता असा हर रोज एक अच्छी और इंटरेस्टिंग वीडियो है नी तुसानी खिदमत विच हाजिर होने। आज रात फिर इत्थे अस आए हां, असां की अपने सने भरा ही न यासर साहब ने बुलाया, इन्हां दा टेंट सर्विस है यासर ए नासर टेंट सर्विस ने नाल नाल बड़ा ही मशहूर टेंट सर्विस है। फिर एक टेंट सर्विस इन्हां दा इत्थे दलिया जट्टा आ और एक डडियाल है। डडियाल केड़ी जगह जनाब ला? डडियाल जनाब साडा अंब है ना, हां शैल पंप नाल ही अगले पासे मेन रोड पर। ठीक है जनाब, इन्हां दा शैल पंप डडियाल जड़ा अंब है उत्थे नाल ही इन्हां दा टेंट सर्विस है। ते माशाल्लाह फिर यह भी तुसें दसांगे इन्हां दा जिहड़ा पकवाई भी सिस्टम जिहड़ा ना सारा इन्हां दा अपना आ, इह बाहरों नहीं पकवाने कि आपू इत्थे पकवाने जनाब। ते बाकी यासर साहब यह दसो कि जिहड़ा अरेंज कीता ने अज इह किहड़े बंदे आया ते अरेंज कीता तुसां? इह जनाब इक बरात ने फ्रैश मीट है। ठीक है, अज बरकत साहब कड़ पहले ले। ठीक है, ओह इक बरात ने फ्रैश मीट दे रहे। ठीक, ते फ्रैश मीट सारा इह उन्हां प्रोग्राम रख्या इत्थे। माशाल्लाह, उन्हां असीं इत्थे खाणा देना है ਤਿਆਰ ਚੀਜ਼ ਸਾਰੀ ਇੱਥੇ। ਅੱਛਾ ਕਿਹੜੀ ਕਿਹੜੀ ਚੀਜ਼ ਪਕਾਈ ਨੇ ਅੱਜ? ਅੱਜ ਜਨਾਬ ਮਟਨ ਹੈ, ਕੋਰਮਾ ਹੈ। ਠੀਕ, ਅੱਛਾ ਬਿਰਿਆਨੀ ਹੈ, ਜ਼ਰਦਾ, ਇਸ ਤੋਂ ਇਲਾਵਾ ਕੋਲਡ ਡਰਿੰਕਸ ਤੇ ਪੰਜ ਛੇ ਜਾਨ ਦੀ ਸ਼ਮਾਲ ਇਨਸ਼ਾਅੱਲਾ। ਠੀਕ ਹੈ, ਤੇ ਕਿੰਨੇ ਕੋਈ ਬੰਦੇ ਹੋ ਸਣੀ ਥਾ ਕੋਈ ਦੱਸਿਆ ਸੁਣਨੇ ਨਾ ਭਾਈ? ਇਹ ਜਨਾਬ ਇੱਥੇ ਅੱਜ 200 ਬੰਦੇ ਨੇ ਫ੍ਰੈਸ਼ਮੈਂਟ। 200 ਬੰਦੇ ਆਣੀ? ਜੀ ਜੀ, ਮਾਸ਼ਾਅੱਲਾ ਜੀ। ਬਾਕੀ ਇਹਨਾਂ ਦਾ ਤੁਸਾਂ ਕੀ ਸੈਟਅਪ ਵੀ ਪੂਰਾ ਦੱਸਾਂ ਮਾਸ਼ਾਅੱਲਾ। ਇਹਨਾਂ ਵਸਾਂ ਤਾਂ ਆਣੇ ਹੋਣੇ ਆ ਕਿ ਪੰਡਾਲ ਮਾਸ਼ਾਅੱਲਾ ਬੜਾ ਚਾਈਨਾ ਸਜਾਇਆ ਆ, ਬੜਾ ਜਿਹੜਾ ਖੂਬਸੂਰਤ ਸਿਸਟਮ ਇੱਥੇ ਇਹਨਾਂ ਕੀਤੇ ਆਇਆ। ਤੇ ਇਸ ਤੋਂ ਇਲਾਵਾ ਤੁਸੀਂ ਬਾਕੀ ਕਿਆ ਆਖਣਾ ਚਾਹੁੰਦੇ ਹੋ ਆਵਾਮ ਕੀ? ਮੈਂ ਆਵਾਮ ਕੀ ਮੈਂ ਆਖਣਾ ਚਾਹੁੰਦਾ, ਦਲਿਆ ਜੱਟਣੀ ਆਵਾਮ ਖਾਸ ਕਰ ਜਾਂ ਡਡਿਆਲ ਜਿੱਥੇ ਸਾਡੇ ਮੇਰੇ ਚੜ੍ਹਨੇ ਲੈਣ ਮੇਰੇ ਕਸਟਮਰ ਸਾਰੇ, ਇਨਸ਼ਾਅੱਲਾ ਆਏ ਰੋਜ਼ ਅਸਾਂ ਅੱਛੇ ਤੋਂ ਅੱਛਾ ਮਿਆਰ ਔਰ ਅੱਛੇ ਤੋਂ ਅੱਛਾ ਡਿਸਿਪਲਿਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰ ਕੰਮ ਵਿੱਚ ਅਸਾਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਨੇਥ ਮਿਆਰ ਕੰਮ ਕਰੀਏ, ਨਹੀਂ ਸੈਟਿੰਗ ਦਿਆਂ ਇਨਸ਼ਾਅੱਲਾ। ਕੱਲ੍ਹ ਵੀ ਸੋਚਿਆ ਛੋ, ਕੱਲ੍ਹ ਮੇਰਾ 1200 ਬੰਦੇ ਦਾ ਕੰਮ ਹੈ, 43 ਵਲੀ ਮਾ। ਠੀਕ ਹੈ, ਇਨਸ਼ਾਅੱਲਾ ਉੱਥੇ ਵੀ ਇਨਸ਼ਾਅੱਲਾ ਮੁਨਫਰਦ ਦਾ ਇੱਕ ਮੁਖਤਲਿਫ ਸਿਸਟਮ ਸੀ, ਉੱਥੇ ਕੋਈ 8 ਡਿਸ਼ਾਂ ਦੇ ਰਹੇ। ਠੀਕ ਹੈ ਜੀ, ਤੇ ਇਨਸ਼ਾਅੱਲਾ ਮੁਨਫਰਦ ਕੰਮ ਹੋਣਾ ਸਾਰਾ, ਤੇ ਸਾਡੀ ਕੋਸ਼ਿਸ਼ ਹੋਣੀ ਹੈ ਕਿ ਬਿਹਤਰ ਤੋਂ ਬਿਹਤਰ ਕਰਾਂ। ਤੇ ਇਨਸ਼ਾਅੱਲਾ ਬੜਾ ਅੱਛਾ ਰਿਸਪਾਂਸ ਹੈ ਔਰ ਬੜੇ ਬੜੇ ਅੱਛੇ ਅਸਾਂ ਇਨਸ਼ਾਅੱਲਾ ਕੰਮ ਕਰੀਏ। ਸਾਹਮਣੇ ਕਾਸਿਦ ਭਾਈ, ਇਹ ਗੱਲ ਹੈ ਅਸਾਂ ਅਕਸਰ ਤੱਕਣੇ ਹੀ ਰਹਿਣੇ ਆ ਮਾਸ਼ਾਅੱਲਾ ਕਿ ਅਸਾਂ ਆਪ ਅਕਸਰ ਅਸਾਂ ਘਰ ਅਗਰ ਵਿਆਹਣਾ ਕੋਈ ਸ਼ਾਦੀ ਆ ਇਸ ਤਰ੍ਹਾਂ ਦਾ ਅਸਾਂ ਇਹਨਾਂ ਕੀ ਆਖਣੇ ਆ। ਆ ਛੋਟਾ ਮੋਟਾ ਕੰਮ ਹੈ ਸਾਰਾ ਸਿਸਟਮ ਤੇ ਅਸਾਂ ਫਿਰ ਯਾਸਰ ਭਾਈ ਨਾਲ ਰਾਸਾ ਕਰਨੇ ਆ ਤੇ ਬਿਹਤਰੀ ਸਰਵਿਸ ਫਰਾਮ ਕਰਨੇ ਨੇ ਇੱਥੇ। ਇਹ ਗੱਲ ਹੈ, ਤੇ ਕਿਤਨੇ ਟਾਈਮ ਤੋਂ ਤੁਸੀਂ ਜਿਹੜਾ ਕੰਮ ਜਿਹੜਾ ਹੈ ਸਾਰੇ ਅੰਜਾਮ ਦੇ ਰਹੇ ਹੋ ਨਾ? ਸਰ ਜੀ ਇਹ 1999। ਠੀਕ ਹੈ, 1999 ਚ ਅਲਾ ਜਨਮ ਬਸ਼ਾ ਮੇਰੇ ਵਾਲਦ ਮੋਹਤਰਮ ਇਸ ਚੀਜ਼ ਨਾਲ ਆਗਾਜ਼ ਕੀਤਾ ਸੀ। ਤੇ ਉਸ ਤੋਂ ਬਾਅਦ ਅਸਾਂ ਵੀ ਨਾਲ ਰਿਹਾ 2001 ਤੋਂ ਬਕਾਇਦਾ, ਮੈਂ ਫਿਰ ਜੁਆਇਨ ਕੀਤਾ 2001 ਚ, ਤਾਂ ਅੱਜ 2022 ਚਾਹੀਦੀ ਇਨਸ਼ਾਅੱਲਾ। ਤੇ ਅੱਲਾ ਨੇ ਫਜ਼ਲ ਕਰਮ ਨਾਲ ਬਿਹਤਰੀਨ ਨਿਜ਼ਾਮ ਹੈ ਇਨਸ਼ਾਅੱਲਾ। ਤੇ ਬਾਕੀ ਇਹ ਦੱਸੋ ਜਿਹੜਾ ਇਹ ਚੀਜ਼ਾਂ ਤੁਸੀਂ ਬਈਆਂ ਜਿਹੜੀਆਂ ਅਸਾਂ ਇੱਥੇ ਤਿਆਰ ਕੀਤੀਆਂ ਤੁਸਾਂ, ਤੇ ਪਕਵਾਈ ਲੈ ਜਿਹੜੇ ਇੱਥੇ ਨੇ ਜਾਂ ਬਾਹਰੋਂ ਆਏ ਹੋਣ ਕੋਈ? ਇਹ ਪਕਵਾਈ ਲਈ ਬੰਦੇ ਸਾਡੇ 2 ਇੱਥੇ ਨੇ। ਠੀਕ ਹੈ, ਮੁਕਾਮੀ। ਠੀਕ, ਤੇ ਇੱਕ ਬੰਦਾ ਸਾਡਾ ਪੰਜਾਬ ਨਾਲ। ਠੀਕ ਹੈ ਜੀ, ਇੱਥੇ ਕਹਿ ਆਉਣੇ ਕੋਈ ਵੀ ਚੀਜ਼ ਜਿਹੜੀ ਤੁਸੀਂ ਆਰਡਰ ਪਰ ਵੀ ਤਿਆਰ ਕਰੀ ਦੇਣੀ? ਜੀ, ਆਰਡਰ ਪਰ ਹਰ ਚੀਜ਼। ਠੀਕ ਹੈ, ਫਾਸਟ ਫੂਡ ਤੋਂ ਲੈ ਕੇ ਜੋ ਹਰ ਸ਼ੈ ਜਿਸ ਚੀਜ਼ ਨਾਲ ਆਰਡਰ ਦੱਸੋ ਇਨਸ਼ਾਅੱਲਾ ਉਹ ਚੀਜ਼। ਇਹ ਗੱਲ ਹੈ, ਬਾਕੀ ਯਾਸਰ ਸਾਹਿਬ ਤੁਸੀਂ ਕਹਿ ਆਉਣਾ ਚਾਹੁੰਦੇ ਹੋ? ਬਿਲਕੁਲ ਜੀ, ਅਸਾਂ ਦਲਿਆ ਜੱਟਾਂ ਦੇ ਅੰਦਰ ਕੋਈ ਖੁਸ਼ੀ ਗਮੀ ਜਾਂ ਕੋਈ ਇਸ ਤਰ੍ਹਾਂ ਦਾ ਛੋਟਾ ਬੜਾ ਫੰਕਸ਼ਨ ਹੋਇਆ ਉਸੇ 'ਚ ਇਹਨਾਂ ਭਾਈ ਹੋਰਾਂ ਦੀ ਖਿਦਮਤ ਅਸਾਂ ਹਾਸਿਲ ਕਰਨੇ ਹਾਂ ਤੇ ਬਿਹਤਰੀਨ ਸਰਵਿਸ ਫਰਾਮ ਕਰ ਰਹੇ ਨੇ ਅਸਾਂ ਕਿ ਇਹ ਭਾਈ ਹੋਰ, ਤੇ ਇਹਨਾਂ ਨੂੰ ਖਾਣਾ ਛਾਣਾ ਇਹਨਾਂ ਜਿਹਦੀਆਂ ਡਿਸ਼ਾਂ ਹੋਣੀਆਂ ਉਹ ਸਾਰੀਆਂ ਜ਼ਬਰਦਸਤ ਹੋਣੀਆਂ। ਤੇ ਭਾਈ ਹੋਰਾਂ ਨੇ ਆਖਿਆ ਕਿ ਮਾਸ਼ਾਅੱਲਾ ਬੜਾ ਪਿਆਰਾ ਬੜਾ ਅੱਛਾ ਇਖਲਾਕ ਹੈ ਇਹਨਾਂ ਨੂੰ, ਕੋਈ ਸ਼ੱਕ ਨਹੀਂ। ਤੇ ਉਮੀਦ ਕਰਨੇ ਆ ਕਿ ਸੋ ਸਾਰੇ ਭੈਣ ਭਰਾ ਜਿਹੜੇ ਉਹ ਸਾਡੇ ਉਹਨਾਂ ਨਾਲ ਭਰਪੂਰ ਤਾਮਨ ਕਰ ਸੋ, ਸਿਰਫ ਦਰਿਆ ਜੱਟਾਂ ਦੇ ਅੰਦਰ ਵੀ ਨਹੀਂ ਬਲਕਿ ਡਡਿਆਲ ਦੇ ਅੰਦਰ ਵੀ ਇਹਨਾਂ ਇੱਕ ਅੱਛਾ ਸੈਟਅਪ ਜਿਹੜਾ ਉਹ ਬਣਾਇਆ। ਤੇ ਭਰਪੂਰ ਤਾਮਨ ਕਰੋ ਇਹਨਾਂ ਨਾਲ ਤੇ ਇਹਨਾਂ ਦੀ ਖਿਦਮਤ ਹਾਸਲ ਕਰੋ, ਫਿਰ ਤੁਸੀਂ ਪਤਾ ਲੱਗ ਸੀ ਕਿ ਇਹਨਾਂ ਭਾਈ ਹੋਰਾਂ ਦਾ ਕੰਮ ਕੈਸਾ ਆ। ਠੀਕ ਹੈ, ਠੀਕ ਹੈ ਭਾਈ, ਖੁਦ ਯਸਾਬ ਸਿੰਘ ਕਹਤਾ ਕਲਾਮੀ ਹੈ, ਮੈਂ ਆਖਣਾ ਹੋਣਾ ਕਿ ਪਹਿਲੇ ਅਸਾਂ ਕੋਈ ਅਜ਼ਮਾਇਆ ਹੈ। ਬਾਕੀ ਜਨਾਬ ਬਰਾਤ ਵੀ ਦੱਸਾਂ ਪੂਰਾ ਫੰਕਸ਼ਨ, ਬਾਕੀ ਨੇ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਉਹ ਵੀ ਦੱਸਾਂ ਕਿ ਤੁਸੀਂ ਵੀ ਤੱਕੋ ਵਾਕਿਆ ਇੱਥੇ ਇਹ ਚੀਜ਼ਾਂ ਤਿਆਰ ਹੋਣੀਆਂ ਕੁੱਕਣ ਉਹਨਾਂ ਨਾਲ ਵੀ ਤੁਸੀਂ ਜਿਹੜਾ ਨਾਮ ਲਾਣੇ। ਤੇ ਉਸ ਤੋਂ ਪਹਿਲਾਂ ਜਨਾਬ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦੇ ਬਟਨ ਵੀ ਲਾਜ਼ਮੀ ਪ੍ਰੈਸ ਕਰੋ। ਬਾਕੀ ਜਨਾਬ ਵੀਡੀਓ ਬਣਾਉਣੇ ਆ
ਤੁਸੀਂ ਵੀ ਇੰਜੋਏ ਕਰੋ। ਬਸੇ ਕਸ਼ਮੀਰ ਸੋਹਣਾ, ਬਸੇ ਕਸ਼ਮੀਰ ਸੋਹਣਾ, ਕਸ਼ਮੀਰ ਚ ਚੱਲ ਵਸੀਏ, ਨੇੜੇ ਨੇੜੇ ਬਹਿ ਕੇ ਨੀ ਗੱਲਾਂ ਦਿਲਾਨੀਆਂ ਬਹਿ ਵਸੀਏ, ਉਹ ਨੇੜੇ ਨੇੜੇ ਬਹਿ ਕੇ ਨੀ ਗੱਲਾਂ ਦਿਲਾਨੀਆਂ ਬਹਿ ਵਸੀਏ। ਬਸੇ ਕਸ਼ਮੀਰ ਸੋਹਣਾ, ਬਸੇ ਕਸ਼ਮੀਰ ਸੋਹਣਾ, ਉਹ ਕਸ਼ਮੀਰ ਦੇ ਸੋਹਣੇ ਰਸਤੇ, ਵੇ ਅਸਾਂ ਪਰਦੇਸੀਆਂ ਸਾਡੇ ਯਾਰ ਕਸ਼ਮੀਰ ਵਸਦੇ, ਉਹ ਅਸਾਂ ਪਰਦੇਸੀਆਂ ਸਾਡੇ ਯਾਰ ਕਸ਼ਮੀਰ ਵਸਦੇ। ਪਕਵਾਈਲਾ ਸਿਸਟਮ ਹੈ ਰਫਾਕਤ ਸਾਹਿਬ ਹੁਣ ਇਹਨੇ ਪਕਾਇਆ ਜਨਾਬ, ਤੁਸੀਂ ਪਕਾਇਆ ਸਾਰਾ ਹੈ? ਠੀਕ ਹੈ, ਹੋਰ ਕੌਣ ਕੌਣ ਸੀ ਨਾਲ ਐਤ ਪਰ? ਠੀਕ ਹੈ, ਦੱਸੋ ਹੁਣ ਦੱਸੋ ਜਨਾਬ, ਅਸਾਂ ਕੀ ਇਹ ਜਨਾਬ ਗੋਸ਼ਟ ਹੈ? ਠੀਕ ਹੈ, ਅਗਲੀ ਕਿਹੜੀ ਦੇਗ ਹੈ? ਠੀਕ ਹੈ, ਇਹ ਦੇਖੋ ਮਾਸ਼ਾਅੱਲਾ, ਇਸ ਤੋਂ ਇਲਾਵਾ ਅਗਲੀ ਜਨਾਬ, ਠੀਕ ਹੈ, ਕੋਈ ਸ਼ੱਕ ਨੀ ਜਨਾਬ, ਤੱਕੋ ਤੁਸਾਂ। ਠੀਕ ਹੈ ਜਨਾਬ, ਅੱਗੇ ਦੱਸੋ, ਪਲ ਗੋਸ਼ ਤਿਆਰ ਹੋ ਰਹੀ ਹੈ ਜਨਾਬ, ਉੱਧਰ ਜਾਏ ਇਹ ਜਨਾਬ ਤੋਂ ਕੋਈ ਨਾ ਜ਼ਰਦਾ ਤਿਆਰ ਕੀਤੇ ਹਜੇ ਤੱਕ ਨੇ ਉਹ, ਮਾਸ਼ਾਅੱਲਾ ਜੀ, ਜਨਾਬ ਪਾਲਕ ਤਿਆਰ ਹੋ ਰਹੀ ਹੈ, ਇਹ ਪੋਠੀ ਤਿਆਰ ਹੋ ਰਹੀ ਹੈ, ਇਹ ਜਨਾਬ ਬਿਰਿਆਨੀ ਹੈ, ਇਹ ਜਨਾਬ ਬਹਿਰਾਂਗੇ, ਇਤਨਾ ਹੀ ਆ ਗੱਲ ਹੈ, ਮਾਸ਼ਾਅੱਲਾ ਤੱਕੋ ਤੁਸਾਂ। ਜਿਸ ਤਰ੍ਹਾਂ ਕਿ ਅਸਾਂ ਬਾਹਰ ਬਾਹਰ ਬਣਿਆ, ਇਹਨਾਂ ਨੇ ਇੱਥੇ ਖਾਣਾ ਪੱਕਿਆ, ਤੁਸੀਂ ਖਾਸੋ ਤਾਂ ਤੁਸੀਂ ਫਿਰ ਪਤਾ ਲੱਗ ਸੀ ਕਿ ਮਾਸ਼ਾਅੱਲਾ ਬੜਾ ਜ਼ਬਰਦਸਤ ਪਾਉਣੇ ਨਹੀਂ ਥੈ। ਠੀਕ ਹੈ, ਠੀਕ ਹੈ, ਕੀ ਗੱਲ ਹੈ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਜਨਾਬ, ਅਸਾਂ ਤੁਸਾਂ ਪੂਰਾ ਖਾਣਾ ਛਾਣਾ ਤਾਂ ਕਿਹਾ, ਬੜਾ ਬਿਹਤਰੀਨ ਲੱਗਾ, ਅਤੇ ਜਨਾਬ ਬਿਰਿਆਨੀ ਪੱਟਣੇ ਲੱਗੇ ਤੱਕੋ। ਕਹਿ ਸਾਹਿਬ ਜੀ, ਤੁਸੀਂ ਰੰਗਤ ਤੁਸੀਂ ਪਤਾ ਲੈਣਾ ਕਿ ਬਿਹਤਰੀਨ ਇਹ ਜਿਹਾ ਗੱਲ ਹੈ ਨਹੀਂ, ਖੁਸ਼ਬੋ ਤੱਕੋ ਕਿਤਨੀ ਇਸ਼ਨੀ ਹੈ। ਬਾਕੀ ਜਨਾਬ ਮਜ਼ੀਦ ਬਰਾਤ ਏ ਸੀ ਤਾਂ ਤੁਸਾਂ ਕਿਉਂ ਵੀ ਵੀਡੀਓ ਬਣਾਈ, ਹੁਣ ਦੱਸਣੇ ਆ ਗਿਆ। ਇਹਨਾਂ ਦਾ ਦਫ਼ਤਰ ਹੈ, ਸਾਹਿਬ ਬੈਠੇ ਨੇ ਇੱਥੇ, ਇੱਧਰ ਕਾਸਿਦ ਸਾਹਿਬ ਬੈਠੇ, ਜਨਾਬ ਸਕਰੀਨ ਕਰੀਏ ਨੰਬਰ ਜਿਹੜਾ ਇਹਨਾਂ ਪਾਈਆ, ਸਕਰੀਨ ਕਰੀਏ ਸੀ ਨੰਬਰ, ਜੇ ਵਟਸਐਪ ਤੋਂ ਰਾਬਤਾ ਕਰੋ, ਕਾਲ ਤੋਂ ਰਾਬਤਾ ਕਰੋ, ਜਨਾਬ ਇਹ ਆ ਕਰੋ। ਬਾਕੀ ਸਾਰੇ ਭੈਣ ਭਰਾਵਾਂ ਦੀ ਮਾਈ ਰਿਕੁਐਸਟ ਹੈ ਕਿ ਕਾਸਿਦ ਬਾਈ ਚੈਨਲ ਸੁਣੋ, ਲਾਜ਼ਮੀ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ, ਬੜੀ ਮਿਹਰਬਾਨੀ ਹੋਵੇਗੀ।